ਧੱਕੇ ਮਾਰ ਕੇ ਘਰੋਂ ਕੱਢ ਦਿੱਤਾ, ਘਰ ਤਾਲੇ ਲਾ ਤੇ, ਰਾਤ ਦੇ ਸਾਰੇ ਗਲੀ ਵਾਲੇ ਗਵਾਂ ਨੇ ਰਾਤ ਨੂੰ ਘਰੋਂ ਬਾਹਰ ਕੱਢਤਾ, ਤਾਲੇ ਮਾਰਤੇ। ਫਿਰ ਮੈਂ ਅਤੇ ਮੇਰੇ ਬੱਚੇ, ਅਸੀਂ ਮੇਰੇ ਮਾਮਾ ਸਹੁਰੇ ਹੋਰੀ ਉੱਥੇ ਨਵੇਂਸ਼ਾਲਾ ਹੀ ਰਹਿੰਦੇ ਨੇ, ਉਹਨਾਂ ਘਰ ਰਾਤ ਰਹੇ ਹਾਂ। ਸਵੇਰੇ ਆ ਕੇ ਮੇਰਾ ਹਸਬੈਂਡ, ਮੇਰਾ ਸੱਸ ਸਹੁਰਾ ਆ ਕੇ, ਮੈਂ ਉੱਪਰ, ਮੈਨੂੰ ਨਹੀਂ ਸੀ ਪਤਾ ਹੀ ਆਏ ਨੇ, ਆ ਕੇ ਮੇਰੇ ਹੱਥੀਂ ਪੈ ਗਏ, ਵਾਲ ਫੜ ਲਏ, ਮੈਨੂੰ ਮਾਰਿਆ ਕੁੱਟਿਆ, ਮੇਰੇ ਸਿਰ 'ਚ ਸੱਟ ਲੱਗੀ ਹੈ, ਮੇਰੀ ਕੋਈ ਗੱਲ ਨਹੀਂ ਸੁਣੀ, ਬੱਚਿਆਂ ਨੂੰ ਵੀ ਮਾਰਿਆ ਕੁੱਟਿਆ, ਦੋਨਾਂ ਨੂੰ, ਕੁੜੀ ਨੂੰ ਵੀ ਮਾਰਿਆ ਕੁੱਟਿਆ, ਗਾਲਾਂ ਕੱਢੀਆਂ, ਗਾਲਾਂ ਕੱਢ ਕੇ ਅਤੇ ਚੱਲ ਗਏ ਨੇ। ਕਿੰਨੇ ਚਿਰ ਹੋ ਗਿਆ ਸੀ ਸਾਡਾ ਲੜਾਈ ਝਗੜਾ? ਬੜੇ ਚਿਰ ਦਾ ਹੋ ਰਿਹਾ, 15 ਸਾਲ ਹੋ ਗਏ ਮੇਰੇ ਵਿਆਹ ਨੂੰ। ਕਦੀ ਪਹਿਲਾਂ ਕਹਿੰਦੇ ਸੀ ਤੇਰੇ ਘਰਦਿਆਂ ਨੇ ਸੋਨਾ ਨਹੀਂ ਪਾਇਆ ਹੈਗਾ, ਸਾਨੂੰ ਕਿੱਟੀ ਸੈੱਟ ਨਹੀਂ ਪਾਇਆ ਹੈਗਾ। ਮੈਂ ਨਿਊਯੋਰਕ ਟਾਈਮ ਕੱਢਿਆ, ਮੈਂ ਕਿਹਾ ਤੁਸੀਂ ਜਿੱਦਾਂ ਕਹੋਗੇ ਮੈਂ ਕਰੀ ਜਾਵਾਂਗੀ, ਮੇਰਾ ਮਾਂ ਪਿਓ ਨਹੀਂ ਹੈਗਾ, ਭੈਣ ਭਰਾ ਕੋਈ ਨਹੀਂ ਹੈਗਾ। ਅਤੇ ਕਹਿੰਦੇ ਠੀਕ ਹੈ, ਮੈਂ ਮਿਹਨਤ ਕਰਨੀ, ਮੈਂ ਸਕੂਲ ਜਾਂਦੀ ਉਹ ਵੀ ਲਿਆ ਕੇ ਇਹਨਾਂ ਨੂੰ ਤਨਖਾਹ ਦਿੰਦੀ ਰਹੀ ਹਾਂ, ਸਿਲਾਈ ਕਰਨੀ ਉਹ ਵੀ ਪੈਸੇ ਦਿੰਦੀ ਰਹੀ, ਘਰ ਦਾ ਸਾਰਾ ਕੰਮ ਕਰਦੀ ਰਹੀ ਹਾਂ। ਮੇਰੇ ਦੋ ਦਿਓਰ ਨੇ ਨੌਕਰੀਆਂ, ਕਦੇ ਕਮਲਜੀਤ ਸਿੰਘ, ਉਹ ਪੋਸਟ ਆਫਿਸ 'ਚ ਪਟਵਾਰੀ, ਸੋਰੀ ਪੋਸਟ ਆਫਿਸ 'ਚ ਕਲਰਕ ਹੈ। ਇੱਕ ਦਿਓਰ ਮੇਰਾ ਕਰਨੈਲ ਸਿੰਘ, ਉਹ ਪਟਵਾਰੀ, ਉਹ ਵੀ ਮੇਰੇ ਨਾਲ ਲੜਾਈ ਝਗੜਾ ਗਾਲਾਂ ਕੱਢ ਮਾਰ ਕੁਟਾਈ ਕਰਦੇ ਰਹੇ, ਸਭ ਕੁਛ ਕਰਦੇ ਰਹੇ। ਹਸਬੈਂਡ ਮੇਰੇ ਫੌਜੀ ਨੇ, ਉਹ ਸ਼ੁਰੂ ਤੋਂ ਲਾਈ ਲੱਗੋ, ਉਹਨਾਂ ਨੇ ਮੇਰੀ ਅੱਜ ਤੱਕ ਨਹੀਂ ਸੁਣੀ। ਫਿਰ ਮੈਂ ਵੱਖਰੇ ਹੋਈ ਹਾਂ, ਮੈਨੂੰ ਵੱਖਰੇ ਨੇ ਮੈਨੂੰ ਜੀਣ ਦੇਣ ਨੇ, ਅਤੇ ਹਸਬੈਂਡ ਮੇਰੇ ਦੇ ਨਜਾਇਜ਼ ਸਮਾਨ ਨੇ, ਦਿੱਲੀ ਕੁੜੀ ਹੈ ਕਿ ਗੀਤੂ, ਕਹਿੰਦਾ ਮੈਂ ਭੈਣ ਬਣਾਈ ਹੈ। ਮੈਂ ਕਿਹਾ ਠੀਕ, ਤੂੰ ਰਹਿ ਉਹਦੇ ਨਾਲ, ਪਰ ਮੈਨੂੰ ਤਾਂ ਚੈਨ ਨਾਲ ਰਹਿਣ ਦੇ, ਮੈਨੂੰ ਤਾਂ ਮੇਰੇ ਬੱਚਿਆਂ ਨੂੰ ਚੈਨ ਨਾਲ ਰਹਿਣ ਦੇ, ਮੈਨੂੰ ਜੀਣ ਦੇ, ਮੈਨੂੰ ਕਿਉਂ ਤੂੰ ਜੀਣ ਦੇਣ ਡਿਆ? ਆ ਕੇ ਮੈਨੂੰ ਤੰਗ ਕਰਨਾ, ਮੈਂਟਲੀ ਫਿਜ਼ੀਕਲੀ ਹਰਾਸ਼ਮੈਂਟ ਦੇਣੀ, ਰਾਤ ਨੂੰ 2-3 ਵਜੇ ਤੱਕ ਤੰਗ ਕਰਨਾ, ਬੱਚਿਆਂ ਸਾਹਮਣੇ ਇਹੋ ਜਿਹੀਆਂ ਹਰਕਤਾਂ ਕਰਨੀਆਂ, ਜਲੀਲ ਹਰਕਤਾਂ ਕਰਨੀਆਂ, ਮੈਂ ਬੜਾ ਸਮਝਾਉਣਾ, ਦਰਵਾਜ਼ੇ ਮਾਰ ਕੁੱਟ ਕਟਾਈ ਕਰਨੀ ਮੇਰੇ ਨਾਲ। ਮੈਂ ਦੁਖੀ ਹੋ ਗਈ, ਹਾਰ ਕੇ ਆਪੇ ਨਾਲ ਮੇਰੇ 'ਤੇ ਬੰਦੇ ਇਕੱਠੇ। ਮੈਂ ਫਿਰ ਪੁਲਿਸ ਨੂੰ ਬੁਲਾਇਆ, ਕੰਪਲੇਂਟ ਕੀਤੀ, ਪਰ ਪਤਾ ਨਹੀਂ ਇਹ ਪੈਸੇ ਚਾੜ ਦਿੰਦੇ ਕੀ ਕਰਦੇ ਨੇ, ਉਹਨਾਂ ਨੇ ਮੇਰੀ ਸੁਣਵਾਈ ਨਹੀਂ ਕੀਤੀ। ਮੈਂ ਬਹੁਤ ਦੁਖੀ ਹੋਈ ਹਾਂ ਸਰਕਾਰ ਤੋਂ। ਪੁਲਿਸ ਪ੍ਰਸ਼ਾਸਨ ਨੂੰ ਕੋਈ ਕੰਪਲੇਂਟ ਕੀਤੀ? ਹਾਂਜੀ, ਪੁਲਿਸ ਪ੍ਰਸ਼ਾਸਨ ਨੂੰ ਕੋਈ ਕੰਪਲੇਂਟ ਕੀਤੀ? ਹਾਂਜੀ, ਮੈਂ ਕੀਤੀ, ਮੇਰੀਆਂ 'ਤੇ 3-4 ਕੰਪਲੇਂਟਾਂ ਗਈਆਂ ਹੋਈਆਂ ਨੇ। ਮੈਂ DSP ਦੇ ਦਫ਼ਤਰ ਵੀ ਕੰਪਲੇਂਟ ਕਰਨ ਗਈ ਹਾਂ, ਪਰ ਉੱਥੇ DSP ਸਾਹਿਬ ਨੇ ਮੈਨੂੰ ਚੰਗੀ ਤਰ੍ਹਾਂ ਟ੍ਰੀਟ ਕੀਤਾ, ਪਰ ਇਹ ਕਹਿੰਦੇ ਵੀ ਅਸੀਂ ਸਹਿਣ ਹੀ ਨਹੀਂ ਕਰਨੇ, ਅਸੀਂ ਰਾਜੀ ਹੀ ਨਹੀਂ ਹੈਗੇ। ਫਿਰ ਮੈਨੂੰ ਕਹਿੰਦਾ ਤੂੰ ਘਰ ਚੱਲ, ਤੈਨੂੰ ਘਰ ਜਾ ਕੇ ਦੱਸਣਾ ਵਾ, ਤੈਨੂੰ ਘਰੋਂ ਕੱਢਾਂਗਾ, ਤੈਨੂੰ ਮੈਂ 4 ਤੱਕ ਮੈਂ ਤੇਰੀਆਂ ਲਾਸ਼ਾਂ ਵਿਛਾਣੀਆਂ, ਤੂੰ ਚੱਲ ਘਰ ਪਹੁੰਚ ਸਹੀ। ਆਪਣੇ ਮਾਂ ਪਿਓ ਦੇ ਆਖੇ ਲੱਗ ਕੇ ਉਹ ਇੰਨਾ ਕੁਛ ਕਰ ਰਿਹਾ, ਮਾਂ ਪਿਓ ਨਾਲ ਹੋ ਕੇ ਕਰਾ ਰਹੇ ਨੇ, ਮੇਰਾ ਕੋਈ ਸਾਥ ਨਹੀਂ ਦੇ ਰਿਹਾ। ਅਤੇ ਕਾਨੂੰਨ ਨੂੰ ਚਾਹੀਦਾ ਕਿ ਜੇ ਕੋਈ ਜਦੋਂ ਮਾਂ ਪਿਓ ਨੂੰ ਸਾਥ ਦੇਣਾ ਚਾਹੀਦਾ, ਇਹਨਾਂ ਦਾ ਇਹ ਪੈਸੇ ਚਾੜਦੇ, ਮੈਨੂੰ ਖਰਚਾ ਨਹੀਂ ਦੇ ਰਹੇ 2-3 ਮਹੀਨੇ, ਕਿਉਂਕਿ ਬਿਲਕੁਲ ਖਰਚਾ ਨਹੀਂ ਦੇ ਰਿਹਾ। ਮੈਂ ਲੋਕਾਂ ਕੋਲ ਮੰਗ ਮੰਗ ਕੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰ ਰਹੀ ਹਾਂ, ਮਾੜੇ ਮੋਟੇ ਕੱਪੜੇ ਸੀ ਲੈਂਦੀ ਹਾਂ, ਇਹ ਹਿਸਾਬ ਕਿਤਾਬ ਹੈ ਸਰ, ਬੜੀ ਦੁਖੀ ਹਾਂ। ਤੁਸੀਂ ਹੁਣ ਕੀ ਪ੍ਰਸ਼ਾਸਨ ਨੂੰ ਕੀ ਮੰਗ ਚਾਹੁੰਦੇ? ਪ੍ਰਸ਼ਾਸਨ ਨੂੰ ਮੰਗ ਚਾਹੁੰਦੀ ਹਾਂ ਕਿ ਇਹਨਾਂ ਦਾ ਹੱਲ ਕੀਤਾ ਜਾਵੇ, ਜਿੱਦਾਂ ਇਹਨਾਂ ਨੂੰ ਪਤਾ ਕਿੱਦਾਂ ਲੱਗੇ ਕਿ ਕਿਸੇ ਦੀ ਧੀ ਭੈਣ ਨਾਲ ਕਿੱਦਾਂ ਜਾਇਜ਼ ਕੰਮ ਕਰੇ, ਇੱਦਾਂ ਦੀ ਮਾਰ ਕੁਟਾਈ ਕਰੀ। ਮੈਨੂੰ ਬਹੁਤ ਤੰਗ ਕਰਦੇ, ਇਹਨਾਂ ਦੇ ਘਰ ਕੁੜੀ ਨਹੀਂ ਹੈਗੀ, ਪਰ ਇਹਨਾਂ ਦੇ ਘਰ ਕੁੜੀਆਂ ਇਹੋ ਜਿਹੀਆਂ ਨੇ, ਹੋਣੀਆਂ ਚਾਹੀਦੀਆਂ ਨੇ। ਜਿਹੜੀ ਮੇਰੀ ਸੱਸ ਕਹਿੰਦੀ ਕਿ ਮੈਨੂੰ 3 ਮੁੰਡੇ ਮਿਲੇ, ਮੈਨੂੰ 3 ਮੁੰਡੇ ਮਿਲੇ, ਮਿਲਣਾ ਚਾਹੀਦਾ, ਇਹਨੂੰ ਇਹੋ ਜਿਹਾ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਤਾ ਲੱਗੇ ਵੀ ਕਿਸੇ ਦੀ ਧੀ ਭੈਣ ਨਾਲ ਕਿੱਦਾਂ ਕਰੀਦਾ। ਇਹਦੇ ਬਾਰੇ ਥਾਣਾ ਪੁਰਾਣਾਸ਼ਾਲਾ ਦੇ ਵਿੱਚ ਵੈਰੀਫਾਈ ਕੀਤਾ ਜਾ ਰਿਹਾ, ਇਹਦੀ ਕੰਪਲੇਂਟ 'ਤੇ ਜੋ ਵੀ ਕਾਰਵਾਈ ਬਣਦੀ ਹੋਏਗੀ ਕੀਤੀ ਜਾਏਗੀ। ਮੇਰੇ ਕੋਲ ਵੀ ਕੰਪਲੇਂਟ ਆਈ ਸੀਗੀ, ਉਹਨਾਂ ਦੇ ਬਿਆਨ ਬੂਨ ਲਿਖੇ ਆ, ਸੋ ਇਹ ਵੈਰੀਫਾਈ ਕਰ ਰਹੇ ਹਾਂ, ਜੋ ਵੀ ਫੈਕਟਸ ਆਉਣਗੇ ਤੇ ਮੁਤਾਬਕ ਕਾਰਵਾਈ ਕੀਤੀ ਜਾਏਗੀ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਹੀ ਨਾ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ,
ਧੋਖਾ ਨਹੀਂ ਕੰਮ ਕਰਾਂਗਾ। ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ ਐਮ ਕੇ ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97793995956।